ਬਠਿੰਡਾ ਜ਼ਿਲ੍ਹੇ ਦੇ ਪਿੰਡ ਕੁੱਦਾ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਨਸ਼ਾ ਮੁਕਤ ਸਮਾਜ ਅੰਦੋਲਨ ਵਿਸ਼ੇ ਤੇ ਅੱਜ ਇੱਕ ਰਾਸ਼ਟਰੀ ਸਮਾਗਮ ਕਰਵਾਇਆ ਗਿਆ। ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਕੌਸ਼ਲ ਕਿਸ਼ੋਰ ਇਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਅਤੇ ਏਮਸ ਬਠਿੰਡਾ ਦੇ ਡਾਇਰੈਕਟਰ ਡੀਕੇ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਕੌਸ਼ਲ ਕਿਸ਼ੋਰ ਨੇ ਕਿਹਾ ਕਿ ਉਹਨਾਂ ਦਾ ਖੁਦ ਦਾ ਪੁੱਤਰ ਨਸ਼ਿਆਂ ਦੀ ਪਿੰਡ ਚੜਿਆ ਹੈ, ਜਿਸ ਕਾਰਨ ਉਹ ਨਸ਼ੇ ਨਾਲ ਬਰਬਾਦ ਹੁੰਦੇ ਪਰਿਵਾਰਾਂ ਦੇ ਦੁੱਖ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਉਹਨਾਂ ਕਿਹਾ ਕਿ ਨਸ਼ਾ ਵਿਅਕਤੀ ਨੂੰ ਇੱਕ ਵਾਰ ਨਹੀਂ ਮਾਰਦਾ, ਬਲਕਿ ਆਰਥਿਕ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਕਰਕੇ ਪਰਿਵਾਰ ਨੂੰ ਕਈ ਸਾਲ ਮਾਰਦਾ ਰਹਿੰਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਵਿੱਚ ਮਦਦ ਸੰਬੰਧੀ ਸੌਂ ਵੀ ਚੁਕਾਈ। ਆਗਾਮੀ 15 ਅਗਸਤ 2022 ਨੂੰ ਜਦ ਆਜ਼ਾਦੀ ਦੇ 75 ਸਾਲ ਪੂਰੇ ਹੋਣੇ ਪਰ ਆਜ਼ਾਦੀ ਦਾ ਝੰਡਾ ਫਹਿਰਾਇਆ ਜਾਏਗਾ, ਉਸਕੇ ਬਾਅਦ ਦੇਸ਼ ਦੇ ਅੰਦਰ ਕਰੀਬ 75 ਲੱਖ ਲੋਕ ਨਸ਼ਾ ਨਾ ਕਰਨ ਦਾ ਸੰਕਲਪ ਲੈਂਗੇ और हर महीने कम से कम एक व्यक्ति को अपने साथ और जोड़ेंगे। इस तरह वो नशा मुक्त भारत बनाने के अभियान में ये जुड़ने का काम करेंगे और हमारी आपकी जिम्मेदारी बनती है कि यहाँ जैसे अंग्रेज़ों से मुक्त कराया है देश को हमारे पूर्वजों ने, क्रांतिकारियों ने, वैसे हमारी आपकी जिम्मेदारी है कि नशे से हम देश को मुक्त कराने का काम। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਰਾਘਵਿੰਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਉਹ ਯੂਨੀਵਰਸਿਟੀ ਨੂੰ ਨਸ਼ਾ ਮੁਕਤ ਰੱਖਣ ਲਈ ਵਚਨਬੱਧ ਨੇ ਤੇ ਇਸ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਇਹ ਪੂਰਨ ਰੂਪੇਣ ਸਮਾਜਿਕ ਕਾਰਜਕ੍ਰਮ ਥਾ ਔਰ ਇਸ ਮੇ ਹਮਾਰੇ ਵਿਸ਼ਵਵਿਦਿਆਲਯ ਕੇ ਜੋ ਵਿਦਿਆਰਥੀ ਹੈ ਉਨਮੇ ਕਿਸੀ ਤਰ੍ਹਾਂ ਕੀ ਨਸ਼ੇ ਕੀ ਲਤ ਨਾ ਪੜ ਪਾਏ, ਉਸਕੇ ਲਈ ਇਹ ਕਾਰਜਕ੍ਰਮ ਕਰਾਇਆ ਗਿਆ ਥਾ ਜਿਸਸੇ ਹਮਾਰੇ ਵਿਦਿਆਰਥੀ ਸਵਸਥ ਰਹੇ ਮਾਨਸਿਕ ਰੂਪ ਸੇ, ਸਰੀਰਿਕ ਰੂਪ ਸੇ ਔਰ ਬੌਧਿਕ ਰੂਪ ਸੇ ਔਰ ਉਹ ਹਮਾਰੇ ਦੇਸ਼ ਯਹਾਂ ਸੇ ਪੜਨੇ ਕੇ ਬਾਅਦ हमारे देश और हमारे समाज की सेवा में जुट जाएं, इसके लिए एक कार्यक्रम कराया गया था।